ਕਿਹੜੀ ਕੀਤੀ ਗਈ ਜੀ? ਇਹ ਰੇਡ ਆਪਣਾ ਜੀ ਗਿੱਲ ਆਪਣਾ ਰਿਜ਼ੋਰਟ ਦੇ ਨਾਲ ਹੈਗਾ, ਬਿਲਕੁਲ ਗਿੱਲ ਪਿੰਡ 'ਚ ਹੀ ਪੈਂਦਾ ਜਗ੍ਹਾ ਹੈ। ਇਹਦੇ 'ਚ ਅਸੀਂ 4 ਗਡਾਊਨਸ ਚੈੱਕ ਕੀਤੇ ਨੇ, 4 'ਚ ਸ਼ਰਾਬ ਮਿਲੀ ਹੈਗੀ ਹੈ ਕਾਫੀ ਮਾਤਰਾ 'ਚ। ਸੋ ਇਹ ਜਿਹੜੀ ਰੇਡ ਕੀਤੀ ਹੈ ਆਪਣੇ ਪਰਮਜੀਤ ਡਿਪਟੀ ਕਮਿਸ਼ਨਰ ਐਕਸਾਈਜ਼ ਉਹਨਾਂ ਦੀ ਅਗਵਾਈ ਵਿੱਚ ਅਤੇ ਮੈਡਮ ਡਾਕਟਰ ਸ਼ਿਵਾ ਆਪਣਾ ਡਾਕਟਰ ਹਰਸਿਮਰਤ ਕੌਰ ਉਹਨਾਂ ਦੀ ਅਗਵਾਈ ਵਿੱਚ ਕੀਤੀ ਗਈ ਹੈ। ਅਤੇ ਮੇਰੇ ਨਾਲ ਟੀਮ 'ਚ ਦੀਵਾਨ ਚੰਦ ਈਓ ਹੈਗੇ ਨੇ, ਨਾਲ ਇੰਸਪੈਕਟਰਸ ਹੈਗੇ ਨੇ ਸਾਰੇ ਵੈਸਟ ਰੇਂਜ ਦੇ। ਸੋ ਲੋਕਲ ਪੁਲਿਸ ਵੀ ਅਸੀਂ ਨਾਲ ਉਹਨਾਂ ਨੂੰ ਲੈ ਕੇ ਸ਼ਾਮਿਲ ਕਰਕੇ ਇਹ ਸਾਰੀ ਤਫਤੀਸ਼ ਕਰ ਰਹੇ ਹਾਂ। ਕਿੰਨੇ ਵਜੇ ਰੇਡ ਕੀਤੀ ਗਈ? ਇਹ ਤਕਰੀਬਨ ਰੇਡ ਕੀਤੀ ਸੀ ਤਕਰੀਬਨ 2 ਵਜੇ ਕੀਤੀ ਹੈਗੀ। ਸਰ ਜਿਵੇਂ ਨਾਲ ਹੀ ਠੇਕਾ ਖੁੱਲ੍ਹਿਆ ਹੋਇਆ ਜੀ, ਔਰ ਕੋਲ ਹੀ ਇੰਨੀ ਨਜਾਇਜ਼ ਦਾਰੂ ਮਾਤਰਾ ਪਈ ਹੈ, ਹਾਂਜੀ ਕੀ ਕਹਿਣਾ ਚਾਹੁੰਦੇ? ਨਹੀਂ, ਇਹ ਇਨਵੈਸਟੀਗੇਸ਼ਨ ਤੋਂ ਪਤਾ ਲੱਗੇਗਾ ਜੀ ਸਾਰੀ ਚੀਜ਼ਾਂ ਵੀ। ਠੇਕੇ ਦਾ ਵੈਸੇ ਫਿਲਹਾਲ ਪ੍ਰਾਈਮ ਫੇਸੀਆ ਰੋਲ ਨਹੀਂ ਲੱਗਿਆ, ਕਿਉਂਕਿ ਠੇਕਾ ਬਿਲਕੁਲ ਅਲੱਗ ਜਗ੍ਹਾ, ਇੱਕ ਮਨਜ਼ੂਰਸ਼ੁਦਾ ਜਗ੍ਹਾ ਹੁੰਦੀ ਹੈ, ਜਿਹੜੀ ਆਹ ਸ਼ਰਾਬ ਮਿਲੀ ਹੈ ਇਹ ਮਨਜ਼ੂਰਸ਼ੁਦਾ ਜਗ੍ਹਾ ਨਹੀਂ ਹੈਗੀ, ਉਸ ਤੋਂ ਇਲਾਵਾ ਜਗ੍ਹਾ ਮਿਲੀ ਹੈ। ਬ੍ਰਾਂਡਸ ਚੱਲ ਰਹੇ ਨੇ, ਕਾਫੀ ਬ੍ਰਾਂਡਸ ਹੈਗੇ ਨੇ, ਬ੍ਰਾਂਡਸ 30-40 ਤਰ੍ਹਾਂ ਦੇ ਬ੍ਰਾਂਡਸ ਹੈਗੇ ਨੇ ਅਪਰੋਕਸੀਮੇਟ, ਜ਼ਿਆਦਾ ਵੀ ਹੋ ਸਕਦੇ ਨੇ। ਮਾਤਰਾ 1000 ਪੇਟੀ, 600 ਪੇਟੀ ਵੀ ਨਿਕਲ ਸਕਦੀ ਹੈ ਕਾਊਂਟਿੰਗ, ਕਿਉਂਕਿ ਸਾਰੀ ਬਿਖਰੀ ਹੋਈ ਸ਼ਰਾਬ ਹੈਗੀ ਹੈ, ਪੇਟੀਆਂ ਨਹੀਂ ਹੈਗੀਆਂ। ਸੋ ਉਹਨੂੰ ਕਾਊਂਟ ਕਰਕੇ ਪਤਾ ਲੱਗੂਗਾ ਅੰਦਾਜ਼ਾ। ਨਹੀਂ, ਇਹ ਇਨਵੈਸਟੀਗੇਸ਼ਨ ਤੋਂ ਬਾਅਦ ਪਤਾ ਲੱਗੂਗਾ। ਨਹੀਂ, ਅਰੈਸਟ ਨਹੀਂ, ਪਰਚਾ ਦਰਜ ਕਰ ਰਹੇ ਹਾਂ ਜੀ। ਪਰਚਾ ਦਰਜ ਕਰਨ ਤੋਂ ਬਾਅਦ ਇਨਵੈਸਟੀਗੇਸ਼ਨ ਜਿਹਦਾ ਨਾਮ ਆਊਗਾ ਅਤੇ ਉਸ ਤਰੀਕੇ ਨਾਲ ਅਰੈਸਟ ਕੀਤੀ। ਲਮਸਮ ਕਰੀਏ ਤਾਂ ਕੀਮਤ ਕਿੰਨੀ ਕੁ ਹੋਊਗੀ ਜਿੰਨੇ ਤੁਸੀਂ ਫੜੇਗੇ? ਨਹੀਂ, ਹਜੇ ਅਸੈਸ ਕਰਨਾ ਮੁਸ਼ਕਿਲ ਹੈ, ਕਿਉਂਕਿ ਬ੍ਰਾਂਡ ਕਾਫੀ ਜ਼ਿਆਦਾ ਨੇ, ਗਿਣਤੀ ਤੋਂ ਬਾਅਦ ਹੀ ਪਤਾ ਲੱਗਦਾ। ਇਹ ਜੀ ਪਹਿਲਾਂ ਇਹ ਆਪਣੀ ਨਹੀਂ ਪਈ, ਨਹੀਂ ਆਪਣੇ ਜਿਹੜੇ ਗੋਦਾਮ ਨੇ, ਇਹ ਵੀ ਆਪਣੇ ਭਰਾ ਦੇ ਹੀ ਜਿਹੜੇ ਗੋਦਾਮ ਨੇ, ਇਹ ਹੈਗੀ ਚੰਨੀ ਬਜਾਏ ਕੋਲ ਪਹਿਲਾਂ ਕਿਰਾਏ ਦਿੱਤੇ ਜਗ੍ਹਾ ਆਪਾਂ ਉਹਨੂੰ, ਠੇਕੇ ਸੀ ਚੰਨੀ ਬਜਾਏ ਦੇ ਉੱਥੇ ਪਹਿਲਾਂ। ਕਿੰਨੇ ਚਿਰ ਪਹਿਲਾਂ? ਅੱਜ ਜਦੋਂ ਹੁਣ ਜਿਹੜੀ ਪਰਚੇ ਨਿਕਲੇ, ਹੁਣ ਕੀ ਪਰਚੀਆਂ ਪਈਆਂ ਨੇ, ਠੇਕੇ ਹੁਣ ਬਦਲੇ ਨੇ ਵੀ, ਹੁਣ ਉਹ ਰੈਕੋਰਡ ਚਲੇ ਗਏ, ਉਹਨਾਂ ਅਸੀਂ ਫੋਨ ਕੀਤਾ ਭਾਈ ਦਾਰੂ ਚੱਕ ਲਓ, ਅਸੀਂ ਇਹਨਾਂ ਨੂੰ ਏ ਵੀ ਐਨ ਦੇਣਾ ਹੁਣ ਕਿਰਾਏ 'ਤੇ ਗਡਾਊਨ, ਅਤੇ ਉਹ ਕਹਿੰਦੇ ਵੈਸੇ ਕੋਈ ਦਰ ਦਾ ਚੱਕਰ ਨਹੀਂ ਕੋਈ, ਉਹ ਕਹਿੰਦੇ ਇੱਡਾ ਨਹੀਂ ਕੋਈ ਚੱਕਰ ਹੁੰਦਾ ਵੀ, ਕਿਹੜਾ ਚੰਡੀਗੜ੍ਹ ਦਾਰੂ ਆ, ਪੰਜਾਬ ਦੀ ਦਾਰੂ ਵੀ ਚੱਕ ਲੈਂ, ਕੋਈ ਚੱਕਰ ਨਹੀਂ ਵੀ, ਜੇ ਤੁਹਾਨੂੰ ਕਿਰਾਏ ਦਾ ਮਤਲਬ ਆ ਕਿਰਾਇਆ ਅਸੀਂ ਵਧਾ ਦਿੰਦੇ ਹਾਂ, ਤਾਂ ਉਹਨੂੰ ਕਿਰਾਇਆ ਦੇਣ ਕੋਈ ਚੱਕ, ਖਾਲੀ ਕਰ ਦੂੰ, ਉਹ ਕਹਿੰਦੇ ਚਲੋ ਕਰ ਦਾਂਗੇ। ਜਾਣੀ ਹੁਣ ਫੋਨ ਨਹੀਂ ਚੱਕ ਰਿਹਾ, ਕਹਿੰਦੇ ਮਾਲਕ ਬਿਮਾਰ ਆ, ਚੰਨੀ ਬਜਾਏ ਜਾਣੀ ਦੀ ਮਰੀਜ਼ ਨੂੰ ਫੋਨ ਕੀਤਾ, ਉਹ ਕਹਿੰਦੇ ਬਿਮਾਰ ਨੇ ਸਰ ਵੀ ਜਦੋਂ ਆਉਣਗੇ ਤਾਂ ਖਾਲੀ ਕਰਾ ਦਾਂਗੇ ਅਸੀਂ। ਬਜਾਏ ਨਹੀਂ ਦਾਰੂ, ਸੋਰੀ, ਇਹ ਉਹਨਾਂ ਦੀ ਸੈਂਟ। ਤੁਹਾਡੇ ਕੋਲ ਕੋਈ ਪਰਚੀਆਂ ਕਰਾਏ ਦੀਆਂ ਹੈਗੀਆਂ? ਅਸੀਂ ਸਾਰੀਆਂ ਕੋਈ ਐਗਰੀਮੈਂਟ ਕੀਤਾ, ਕੈਸ਼ ਲੈਂਦੇ ਸੀ ਆਪਾਂ, ਐਗਰੀਮੈਂਟ ਤਾਂ ਪਹਿਲਾਂ ਨਾਲ ਵੀ ਨਹੀਂ ਕੀਤਾ, ਕਿਉਂਕਿ ਐਗਰੀਮੈਂਟ ਅੱਗੇ ਕਰਕੇ ਦੇਖਿਆ ਸਾਈਨ ਹੀ ਨਹੀਂ ਕਰਦੇ, ਇਹ 6-6 ਮਹੀਨੇ ਮਿਲਦੇ ਨਹੀਂ, ਆਉਂਦੇ ਇੰਨਾ ਫੋਨ ਚੱਕਦੇ ਨੇ। ਕਿੰਨਾ ਕੁ ਸਮਾਂ ਹੋ ਗਿਆ ਦਾਰੂ ਰੱਖੇ ਨੂੰ? ਇਹ ਫਿਰ ਜਦੋਂ ਦੇ ਨਾ ਕਿਰਾਏ 'ਤੇ ਲਿਆ ਹੋਇਆ, ਜਦੋਂ ਠੇਕਾ ਸੀ ਨਾ ਪਹਿਲਾਂ ਹੀ। ਕਿੰਨੇ ਰੱਖਦੇ ਸੀ ਅੱਗੇ ਪਈ ਨੇ ਦਾਰੂ ਇੱਥੇ? ਜਾਣੀ ਸਾਰੀ ਸਟੋਰ ਇੱਥੇ ਹੀ ਕਰਦੇ ਨੇ ਉਹ ਪਹਿਲਾਂ ਤੋਂ ਹੀ, ਜਿੱਦਾਂ ਰੈਕੋਰਡ ਠੇਕੇ ਨਿਕਲੇ ਨੇ ਆਪਾਂ ਉਦੋਂ ਉਹਨੂੰ ਕਿਹਾ ਵੀ ਖਾਲੀ ਕਰ ਦਿਓ। ਹਾਂਜੀ ਸਰ, ਕੀ ਮਾਮਲਾ ਜੀ, ਕਿੱਥੋਂ ਦਾ ਮਾਮਲਾ ਹੈ? ਇਹ ਇੱਥੇ ਚੌਕੀ ਮਰਾਡੋ ਦੇ ਏਰੀਏ 'ਚ ਗਿੱਲ ਗਾਰਡਨ ਦੇ ਲਾਗੇ ਗਡਾਊਨ ਹੈ, ਉਹਦੇ 'ਚ ਸੀਕਰੇਟ ਇਨਫੋਰਮੇਸ਼ਨ ਐਕਸਾਈਜ਼ ਡਿਪਾਰਟਮੈਂਟ ਅਤੇ ਲੋਕਲ ਪੁਲਿਸ ਨੂੰ ਮਿਲੀ ਸੀ। ਉਸ ਸੰਬੰਧੀ ਅਸੀਂ ਆਏ ਹਾਂ, ਹੁਣ ਅਸੀਂ ਦੇਖ ਰਹੇ ਹਾਂ, ਚੈੱਕ ਕਰ ਰਹੇ ਹਾਂ, ਇਨਵੈਸਟੀਗੇਸ਼ਨ ਕਰ ਰਹੇ ਹਾਂ ਵੀ ਕਿਹਦੀ ਸ਼ਰਾਬ ਸੀ, ਵੈਰੀਫਾਈ ਕਰਕੇ ਜੋ ਕਾਨੂੰਨ ਅਨੁਸਾਰ ਕਾਰਵਾਈ ਕਰਾਂਗੇ। ਸਰ ਕਿੰਨੀ ਮਾਤਰਾ? ਅਜੇ ਕੁਛ ਨਹੀਂ, ਅਜੇ ਮੈਂ ਗਿਣਤੀ ਕਰਾਂਗੇ, ਫਿਰ ਕਲੀਅਰ ਪਤਾ ਲੱਗੂਗਾ ਕਿਹੜਾ ਬ੍ਰਾਂਡ ਜ਼ਿਆਦਾ ਹੈ ਕੁਛ ਇੱਦਾਂ ਕਰਕੇ। ਇਹਦੇ ਵਿੱਚ ਸਾਰੇ ਬ੍ਰਾਂਡ ਨੇ, ਅਜੇ ਪਤਾ ਲੱਗੂਗਾ ਵੀ ਕਿਹੜੇ ਕਿਹੜੇ ਚੱਲਣਾ। ਕਿੰਨੇ ਵਜੇ ਪਤਾ ਲੱਗਿਆ ਜੀ? ਇਹ ਹੁਣੇ ਅਜੇ ਪਤਾ ਲੱਗਿਆ। ਕਿੱਥੇ ਕਰਕੇ ਜੀ? ਗਿੱਲ ਗਾਰਡਨ ਦੇ ਨਾਲ। ਅਤੇ ਪਤਾ ਲੱਗ ਸਕਿਆ ਵੀ ਇਹ ਕਿਸਦੇ ਕਿਹਦੇ ਵੱਲੋਂ ਰੱਖੀ ਗਈ ਸੀ ਜਾਂ ਕਿੱਦਾਂ? ਇਹ ਹਜੇ ਇਨਵੈਸਟੀਗੇਸ਼ਨ ਕਰਾਂਗੇ, ਫਿਰ ਪਤਾ ਲੱਗ ਜਾਊਗਾ।